ਪਿਆਰ ਭਾਈ, ਸਤਿ ਸ੍ਰੀ ਅਕਾਲ ਜੀ। ਮੈਂ ਸਪਿਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਫ੍ਰੈਂਡਸ ਪੰਜਾਬੀ ਟ੍ਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੱਟ ਜੋੜਾ ਮੋੜ ਜੀ ਦੇ ਪਿੰਡ ਵਿਖੇ ਆਏ ਹਾਂ ਤੇ ਇਸ ਤੇ ਆਪਾਂ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ ਉਹਨੂੰ ਦੇਖਾਂਗੇ ਅਤੇ ਨਾਲ ਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਬਣਿਆ ਹੋਇਆ ਹੈ ਜੀ, ਆਪਾਂ ਉਹਦੇ ਦਰਸ਼ਨ ਕਰਾਂਗੇ ਜੀ। ਆਪਾਂ ਫਿਲਮਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਜੀ ਜੱਟ ਜੋੜਾ ਮੋੜ ਦੀਆਂ ਫਿਲਮਾਂ ਦੇਖਦੇ ਹੁੰਦੇ ਸੀ। ਸਾਡੇ ਪਿੰਡ ਦੇ ਵਿੱਚ ਜਦੋਂ ਕਿਤੇ ਨਾ VCR ਲੱਗਦਾ ਹੁੰਦਾ ਸੀ ਤਾਂ ਜੱਟ ਜੋੜੇ ਮੋੜ ਦੀ ਫਿਲਮ ਪੱਕੀ ਲਿਆਉਂਦੇ ਹੁੰਦੇ ਸੀਗੇ ਜੀ ਦੇਖਣ ਨੂੰ। ਤਾਂ ਸਾਰਿਆਂ ਨੇ ਅਸੀਂ ਮੂਹਰੇ ਬੈਠ ਜਾਂਦੇ ਹੁੰਦੇ ਸੀ, ਜਿਹੜੀ ਗਲੀ ਮੁਹੱਲੇ ਵਾਲੇ ਇਕੱਠੇ ਹੋ ਕੇ, ਜਿਹੜੀ 50-50 70-70 100-100 ਬੰਦਾ ਇਕੱਠਾ ਹੋ ਜਾਂਦਾ ਸੀਗਾ ਜੱਟ ਜੋੜਾ ਮੋੜ ਜੀ ਦੀ ਫਿਲਮ ਦੇਖਣ ਨੂੰ ਜੀ। ਅੱਜ ਆਪਾਂ ਇਸ ਪਿੰਡ ਦੇ ਵਿੱਚ ਆਏ ਹਾਂ ਜੱਟ ਜੋੜਾ ਮੋੜ ਜੀ ਦੇ ਪਿੰਡ ਵਿਖੇ ਜੀ, ਆਪਾਂ ਉਹਨਾਂ ਦੀ ਯਾਦਗਾਰ ਬਣੀ ਹੋਈ ਆ ਉਹਨੂੰ ਦੇਖਦੇ ਹਾਂ ਜੀ। ਨੌਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ, ਆਪਾਂ ਉਹਦੇ ਵੀ ਦਰਸ਼ਨ ਕਰਦੇ ਹਾਂ ਜੀ। ਹਾਂ, ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਬੈਲ ਆਈਕਨ ਦਬਾਏ ਤਾਂ ਕਿ ਸਾਰੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੀ। ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਥੱਲੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਹਾਡਾ ਕੁਐਸਚਨ ਹੈ ਜਾਂ ਫਿਰ ਅਗਰ ਤੁਸੀਂ ਇਸ ਜਗ੍ਹਾ ਨੂੰ ਵਿਜ਼ਿਟ ਕਰ ਚੁੱਕੇ ਹੋ ਜੀ। ਆਓ ਹੁਣ ਆਪਾਂ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਜੀ ਸਥਾਨ ਦੇ ਅਤੇ ਯਾਦਗਾਰ ਦੇ। ਜਿਹੜੀਆਂ ਨਾ ਆਪਾਂ ਜੱਟ ਜੋੜਾ ਮੋੜ ਦੀਆਂ ਫਿਲਮਾਂ ਦੇਖਦੇ ਹਾਂ ਉਹਦੇ ਵਿੱਚ ਦਿਖਾਇਆ ਜਾਂਦਾ ਆ ਵੀ ਜਦੋਂ ਉਹਦਾ ਭਰਾ ਕਿਸ਼ਨਾ ਉਹਨੂੰ ਚਿੱਠੀ ਪਾਉਂਦਾ ਆ ਤਾਂ ਕੁਝ ਸਾਲਾਂ ਬਾਅਦ ਉਹ ਡੋਗਰ ਨੂੰ ਮਾਰਦਾ ਆ। ਜਾਣੀ ਇੱਦਾਂ ਨਹੀਂ ਹੋਇਆ ਸੀਗਾ, ਜਦੋਂ ਨਾ ਉਹਦਾ ਭਰਾ ਜੀ ਕਿਸ਼ਨਾ ਜੇਲ੍ਹ ਦੇ ਵਿੱਚੋਂ ਜੱਟ ਜੋੜਾ ਮੋੜ ਨੂੰ ਚਿੱਠੀ ਲਿਖਦਾ ਆ, ਚਿੱਠੀ ਪਾਉਂਦਾ ਆ, ਤਾਂ ਜਿਹੜਾ ਜੱਟ ਜੋੜਾ ਮੋੜ ਸੀ ਉਹ ਚਿੱਠੀ ਪੜ੍ਹਦੇ ਸਾਰ ਇਹ ਕਹਿ ਦਿੰਦਾ ਆ ਵੀ ਆਪਾਂ ਡੋਗਰ ਨੂੰ ਕੱਲ੍ਹ ਹੀ ਮਾਰਨਾ ਆ। ਜਾਣੀ ਉਹਨੂੰ ਵਕਤ ਨਹੀਂ ਪਾਉਂਦਾ, ਸਮਾਂ ਨਹੀਂ ਪਾਉਂਦਾ ਹੈਗਾ। ਉਹ ਚਾਰ ਸਾਥੀਆਂ ਦੇ ਨਾਲ ਡੋਗਰ ਨੂੰ ਮਾਰਨ ਤੁਰ ਪੈਂਦਾ ਆ ਡੋਗਰ ਦੇ ਪਿੰਡ ਵੱਲ ਨੂੰ ਜੀ। ਰਾਹ ਦੇ ਵਿੱਚ ਨਾ ਹਨੇਰਾ ਹੋਣ ਕਾਰਨ ਇਹ ਨਾ ਇੱਕ ਰਾਹ ਦੇ ਵਿੱਚ ਇੱਕ ਜਗ੍ਹਾ ਆਉਂਦੀ ਆ ਦੁੱਧੜਾ ਪਿੰਡ, ਉੱਥੇ ਨਾਥਾਂ ਦਾ ਡੇਰਾ ਹੁੰਦਾ। ਉਸ ਜਗ੍ਹਾ ਜੱਟ ਜੋੜਾ ਮੋੜ ਆਪਣਾ ਉਤਾਰਾ ਕਰਦਾ, ਉੱਥੇ ਰੁਕਦਾ ਆ ਜੀ। ਅਤੇ ਉਸ ਜਗ੍ਹਾ ਜੀ ਜਿਹੜਾ ਜੱਟ ਜੋੜਾ ਮੋੜ ਸੀ ਉਹ ਸਹੁੰ ਖਾਂਦਾ ਆ ਵੀ ਡੋਗਰ ਨੂੰ ਕੱਲ੍ਹ ਹੀ ਮਾਰਨਾ ਆ ਆਪਾਂ। ਅਤੇ ਉਹ ਮਾਤਾ ਅੱਗੇ ਅਰਦਾਸ ਕਰਦਾ, ਬੇਨਤੀ ਕਰਦਾ ਆ ਮਾਤਾ ਸ਼ੇਰਾਂ ਵਾਲੀ ਨੂੰ ਵੀ ਹੇ ਮਾਂ, ਜੇ ਮੈਂ ਨਾ ਕੱਲ੍ਹ ਡੋਗਰ ਨੂੰ ਮਾਰ ਦਿੰਦਾ ਆ ਤਾਂ ਮੈਂ ਤੇਰੇ ਦਰਬਾਰ ਦੇ ਵਿੱਚ ਸੋਨੇ ਦਾ ਛਤਰ ਚੜ੍ਹਾ ਕੇ ਜਾਊਂ। ਉਸ ਜਗ੍ਹਾ ਸਹੁੰ ਖਾਂਦਾ ਆ ਜੀ ਇਹ। ਫਿਰ ਉਸ ਜਗ੍ਹਾ ਜਿਹੜਾ ਡੋਗਰ ਆ ਉਸ ਜਗ੍ਹਾ ਹੀ ਆਉਂਦਾ ਨਾਥਾਂ ਦੇ ਡੇਰੇ 'ਤੇ ਜੀ, ਉਸ ਜਗ੍ਹਾ ਹੀ ਜੱਟ ਜੋੜਾ ਮੋੜ ਜੀ ਡੋਗਰ ਨੂੰ ਮੌਤ ਦੇ ਘਾਟ ਉਤਾਰਦਾ ਆ, ਆਪਣੇ ਭਰਾ ਨਾਲ ਕੀਤੀ ਗਦਾਰੀ ਦਾ ਬਦਲਾ ਲੈਂਦਾ ਆ। ਇਹ ਜੱਟ ਜੋੜਾ ਮੋੜ ਜੀ ਦਾ ਸਟੈਚੂ ਬਣਿਆ ਹੋਇਆ ਜੀ, ਆਪਾਂ ਦੇਖ ਲਿਆ ਆ। ਅਤੇ ਇਹਦੇ ਨਾਲ ਬਣਿਆ ਹੋਇਆ ਇਹ ਅਸਥਾਨ ਜੀ ਨੌਵੇਂ ਪਾਤਸ਼ਾਹ ਦਾ, ਆ ਜਾਓ ਆਪਾਂ ਇਸ ਅਸਥਾਨ ਦੇ ਵੀ ਦਰਸ਼ਨ ਕਰਦੇ ਹਾਂ ਜੀ। ਬਹੁਤ ਸੋਹਣਾ ਇਹ ਅਸਥਾਨ ਬਣਿਆ ਹੋਇਆ ਜੀ, ਤੁਸੀਂ ਦੇਖ ਸਕਦੇ ਹੋ। GT ਰੋਡ ਦੇ ਉੱਤੇ ਸਥਿਤ ਆ ਜੀ ਮੌੜ ਪਿੰਡ, ਅਤੇ ਨੌਵੇਂ ਪਾਤਸ਼ਾਹ ਦਾ ਸਥਾਨ। ਆਪਾਂ ਨਾ ਜਦੋਂ ਉਰੇ ਆਏ ਹਾਂ ਇਸ ਸਥਾਨ ਦੇ ਉੱਤੇ ਆਏ ਹਾਂ ਮੌੜ ਪਿੰਡ ਵਿਖੇ ਆਏ ਹਾਂ, ਤਾਂ ਤੁਸੀਂ ਬਰੋਟੇ ਦੇਖ ਸਕਦੇ ਹੋ, ਦੋ ਬਰੋਟੇ ਲੱਗੇ ਹੋਏ ਨੇ ਇਹ। ਤੁਸੀਂ ਇਹਨਾਂ ਬਰੋਟਿਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਤਕਰੀਬਨ ਬਰੋਟੇ 100-100 ਸਾਲ ਪੁਰਾਣੇ ਹੋਣੇ ਆ। ਤੁਸੀਂ ਦੇਖੋ ਕਿੰਨੇ ਪੁਰਾਣੇ ਬਰੋਟੇ ਨੇ ਜੀ ਇਹ। ਆਹ ਦੇਖੋ ਇਹਨਾਂ ਦੀਆਂ ਜੜ੍ਹਾਂ ਕਿਵੇਂ ਨਿਕਲੀਆਂ ਹੋਈਆਂ ਨੇ, ਜਾਣੀ ਬਰੋਟਿਆਂ ਦੀਆਂ ਜਿਹੜੇ ਤਣੇ ਹੁੰਦੇ ਨੇ ਆਹ ਲਮਕਦੀਆਂ ਨੇ। ਆਪਾਂ ਇਹਨਾਂ ਨੂੰ ਕਈ ਇਹਨੂੰ ਦਾੜੀਆਂ ਵੀ ਦਾੜੀ ਕਹਿੰਦੇ ਨੇ, ਜਟਾਂ ਵਾਂਗ ਇਹ ਲਮਕਦੀਆਂ ਨੇ ਇਹ। ਅਤੇ ਇਹ ਦੇਖੋ ਧਰਤੀ ਦੇ ਵਿੱਚ ਲੱਗ ਗਈਆਂ, ਦੁਬਾਰਾ ਲੱਗ ਗਈਆਂ, ਜਾਣੀ ਹੋਰ ਬਰੋਟੇ ਦਰਖਤ ਨਵੇਂ ਪੈਦਾ ਹੋ ਗਏ ਨੇ। ਦੇਖੋ ਇਹ ਪੁਰਾਣੇ ਬਰੋਟੇ ਨੇ। ਅਤੇ ਆਪਾਂ ਇਸ ਮੌੜ ਪਿੰਡ ਦੇ ਵਿੱਚ ਆਏ ਹਾਂ ਜੀ, ਆਪਾਂ ਆਪਣੇ ਸਾਧਨ ਇਸ ਮੋਟਰਸਾਈਕਲ 'ਤੇ ਆਏ ਹਾਂ, ਆਪਣੀ ਬੱਕੀ ਆਪਣਾ ਘੋੜਾ ਇਹੀ ਆ, ਅਤੇ ਆਪਾਂ ਇਹਦੇ ਉੱਤੇ ਸਫ਼ਰ ਕਰ ਰਹੇ ਹਾਂ ਜੀ ਆਪਣਾ। ਅਸੀਂ ਪੰਜਾਬ ਦੇ ਵਿੱਚ ਜਿੰਨਾ ਵੀ ਸਫ਼ਰ ਕਰਦੇ ਹਾਂ, ਅਸੀਂ ਪੰਜਾਬ ਤੋਂ ਥੋੜ੍ਹਾ ਬਾਹਰ ਵੀ ਨਿਕਲੇ ਹਾਂ, ਹਿਮਾਚਲ ਸਾਈਡ ਗਏ ਹਾਂ ਜਾਂ ਸ਼ਿਮਲਾ ਸਾਈਡ ਗਏ ਹਾਂ, ਉਹ ਵੀਡੀਓ ਵੀ ਸਾਡੇ ਚੈਨਲ ਦੇ ਉੱਤੇ ਪਈਆਂ ਨੇ ਜੀ।
ਉਹ ਸਾਰਾ ਸਫ਼ਰ ਵੀ ਆਪਾਂ ਇਸੇ ਮੋਟਰਸਾਈਕਲ ਦੇ ਉੱਤੇ ਕੀਤਾ ਸੀਗਾ ਜੀ, ਆਪਣੀ ਇਸ ਬੱਕੀ ਦੇ ਉੱਤੇ ਕੀਤਾ ਸੀਗਾ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਜੇਕਰ ਤੁਹਾਡਾ ਕੋਈ ਕੁਐਸਚਨ ਹੁੰਦਾ ਆ ਜਾਂ ਕੋਈ ਸਵਾਲ ਹੁੰਦਾ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਪੁੱਛ ਸਕਦੇ ਹੋ। ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ। ਆਓ ਜੀ ਹੁਣ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਇਹ ਲੱਗਿਆ ਹੋਇਆ ਜੀ ਇਸ ਸਥਾਨ ਉੱਪਰ ਸੋਹਣਾ ਉੱਚਾ ਝੂਲ ਦਾ ਨਿਸ਼ਾਨ ਸਾਹਿਬ ਜੀ। ਆਓ ਜੀ ਹੁਣ ਆਪਾਂ ਇਸ ਨਵੇਂ ਪਾਤਸ਼ਾਹ ਜੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਜੀ। ਇਹ ਮੋੜ ਪਿੰਡ ਵਿਖੇ ਬਣਿਆ ਹੋਇਆ ਸਥਾਨ ਜੀ। ਆਓ ਜੀ ਹੁਣ ਆਪਾਂ ਚੱਲਦੇ ਅੰਦਰ। ਉਸ ਤਰਫ ਆਪਾਂ ਦੇਖ ਕੇ ਆਏ ਜੀ ਜੱਟ ਜਿਉਣਾ ਮੋੜ ਜੀ ਦੀ ਯਾਦਗਾਰ ਬਣੀ ਹੋਈ ਹੈ। ਬਹੁਤ ਵੱਡਾ ਇਹ ਸਥਾਨ ਬਣਿਆ ਹੋਇਆ। ਆਓ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਤੇ। ਆਪਾਂ ਸਭ ਨੇ ਦਰਸ਼ਨ ਕਰ ਲਏ ਨੇ ਜੀ। ਆਓ ਹੁਣ ਆਪਾਂ ਚੱਲੀਏ ਬਾਹਰ ਜੀ। ਇਹ ਹੈ ਜੀ ਸਥਾਨ ਬਣਿਆ ਹੋਇਆ ਮੋੜ ਪਿੰਡ। ਜੇਕਰ ਤੁਸੀਂ ਵੀ ਜੱਟ ਜਿਉਣਾ ਮੋੜ ਦੀ ਕੋਈ ਮੂਵੀ ਦੇਖੀ ਹੈ ਤਾਂ ਮੂਵੀ ਦਾ ਨਾਮ ਕਮੈਂਟ ਜ਼ਰੂਰ ਕਰਿਓ। ਆਪਾਂ ਜਾਣਦੇ ਹੀ ਹਾਂ ਕਿ ਜੱਟ ਜਿਉਣਾ ਮੋੜ ਜੀ ਮਾਤਾ ਦੇ ਬਹੁਤ ਵੱਡੇ ਭਗਤ ਸਨ, ਬਹੁਤ ਆਰਾਧਨਾ ਕਰਦੇ ਸਨ। ਜੇਕਰ ਤੁਸੀਂ ਉਹਨਾਂ ਦੀ ਥੋੜ੍ਹੀ ਬਹੁਤੀ ਸਟੋਰੀ ਵੀ ਜਾਣਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਵਿੱਚ ਦੱਸ ਸਕਦੇ ਹੋ। ਜੇਕਰ ਤੁਸੀਂ ਇਸ ਪਿੰਡ ਨੂੰ ਵਿਜ਼ਿਟ ਕੀਤਾ ਸਾਡੇ ਨਾਲ ਕਮੈਂਟ ਵਿੱਚ ਜ਼ਰੂਰ ਦੱਸਿਓ, ਸਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਿਓ। ਤੁਹਾਨੂੰ ਉਰੇ ਹੋਰ ਗੱਲ ਦੱਸਦੇ ਹਾਂ, ਜਾਣੀ ਅਸੀਂ ਪਹਿਲੀ ਵਾਰ ਇਹ ਕੈਮਰੇ 'ਤੇ ਗੱਲ ਕਰ ਰਹੇ ਹਾਂ, ਜਾਣੀ ਪਹਿਲਾਂ ਅਸੀਂ ਕਦੇ ਗੱਲ ਨਹੀਂ ਕੀਤੀ ਇਹ। ਅਸੀਂ ਉਰੇ ਪਾਠੀ ਸਿੰਘ ਨੂੰ ਮਿਲੇ ਹਾਂ ਜਿਹੜਾ ਉਰੇ ਸੇਵਾ ਕਰ ਰਿਹਾ ਜੀ। ਤਕਰੀਬਨ ਉਹ 50 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਦੀ ਸੇਵਾ ਨਿਭਾ ਰਿਹਾ ਆ ਅਤੇ ਇਸ ਗੁਰਦੁਆਰੇ ਵਿੱਚ ਉਹ ਤਕਰੀਬਨ 13 ਸਾਲ ਤੋਂ ਪਾਠੀ ਸਿੰਘ ਦੀ ਡਿਊਟੀ ਕਰ ਰਿਹਾ ਜੀ। ਤੁਸੀਂ ਯਕੀਨ ਮੰਨਿਓ ਜੀ, ਜਾਣੀ ਕਈ ਬੰਦੇ ਕੈਮਰੇ 'ਤੇ ਮੂਹਰੇ ਆਉਣੋਂ ਡਰਦੇ ਨੇ, ਹੈ ਨਾ। ਜਾਣੀ ਉਸ ਪਾਠੀ ਸਿੰਘ ਨੂੰ ਜੀ ਤਕਰੀਬਨ ਮਹੀਨੇ ਦਾ 2500 ਰੁਪਈਆ ਸੈਲਰੀ ਦਿੱਤੀ ਜਾਂਦੀ ਆ ਜੀ। ਤੁਸੀਂ ਸੋਚ ਸਕਦੇ ਹੋ 2500 ਰੁਪਏ ਦੇ ਵਿੱਚ ਅੱਜ ਕੱਲ੍ਹ ਗੁਜ਼ਾਰਾ ਕਰਨਾ ਕਿੰਨਾ ਔਖਾ ਆ। ਪਰ ਉਹ ਵਿਚਾਰਾ ਕੀ ਕਰਦਾ, ਸਵੇਰੇ ਡਾਲੀ ਇਕੱਠੀ ਕਰਦਾ ਆ, ਕੁਛ ਉਹਨੂੰ ਰੋਟੀ ਪਾਣੀ ਮਿਲ ਜਾਂਦਾ ਆ। ਪਰ 2500 ਰੁਪਈਆ ਸੈਲਰੀ ਬਹੁਤ ਘੱਟ ਆ ਜੀ ਜੋ ਪਾਠੀ ਸਿੰਘ ਨੂੰ ਦਿੱਤੀ ਜਾਂਦੀ ਆ ਜੀ। ਜਿਹੜੀ ਮੇਰੀ ਬੇਨਤੀ ਆ ਜੀ, ਜਿਹੜੇ ਆਪਣੇ ਪਾਠੀ ਸਿੰਘ ਨੇ ਆਪਣੇ ਗੁਰਦੁਆਰਾ ਸਾਹਿਬ ਦੇ, ਆਪਾਂ ਮਹਾਰਾਜ ਦੇ ਵਜ਼ੀਰ ਕਹਿੰਦੇ ਹਾਂ ਇਹਨਾਂ ਨੂੰ, ਇਹਨਾਂ ਦੀ ਹਾਲਤ ਕੋਈ ਬਹੁਤ ਹੀ ਵਧੀਆ ਨਹੀਂ ਹੈਗੀ ਜੀ। ਜਿਹੜੀ ਇਹਨਾਂ ਦੀਆਂ ਸੈਲਰੀਆਂ ਥੋੜੀਆਂ ਵਧਾਉਣੀਆਂ ਚਾਹੀਦੀਆਂ। ਆਪਾਂ ਸਭ ਨੇ ਮਿਲ ਕੇ ਜੀ ਇਸ ਪਿੰਡ ਮੋੜ ਦੇ ਵਿਜ਼ਿਟ ਕਰ ਲਿਆ, ਇਸ ਨੂੰ ਜੱਟ ਜਿਉਣਾ ਮੋੜ ਜੀ ਯਾਦਗਾਰ ਨੂੰ ਦੇਖ ਲਿਆ, ਨਵੇਂ ਪਾਤਸ਼ਾਹ ਦੇ ਸਥਾਨ ਨੂੰ ਵੀ ਆਪਾਂ ਵਿਜ਼ਿਟ ਕਰ ਲਿਆ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਹੁਣ ਆਪਾਂ ਮਿਲਾਂਗੇ ਨਵੀਂ ਜਗ੍ਹਾ ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
It's midnight, we're going all night. Can you pass a drink to get the vibe right? Don't feel like